ਸਤਿ ਸ਼੍ਰੀ ਅਕਾਲ ਜੀ, ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਵਿਦ ਡਾਕਟਰ ਹਰਜਿੰਦਰ ਵਾਲੀਆ, ਮੈਂ ਤੁਹਾਡਾ ਨਾਮ ਰਮਨ ਬਾਜਵਾ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਵਾਲੇ ਸਾਹਿਬ ਦਾ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵਾਲੇ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਵਾਲੇ ਸਾਹਿਬ। ਅੱਜ ਦੀ ਜੋ ਸਾਡੀ ਪਹਿਲੀ ਖਬਰ ਇਹ ਕਿ ਬਰਗਾੜੀ ਕਾਂਡ ਦੀ ਜਾਂਚ ਹੋਈ ਲਗਭਗ ਮੁਕੰਮਲ, ਫੜੇ ਗਏ ਰੇਰਾ ਪ੍ਰੇਮੀਆਂ ਦੀ ਅੱਜ ਹੋਏਗੀ ਅਦਾਲਤ 'ਚ ਪੇਸ਼ੀ। ਬਿਲਕੁਲ, ਤੁਹਾਡੀ ਗੱਲ ਠੀਕ ਹੈ। ਲਗਭਗ ਜਾਂਚ ਜਿਹੜੀ ਹੈ ਮੁਕੰਮਲ ਹੋ ਚੁੱਕੀ ਹੈ, ਪਰ ਇਹ 3 ਸਾਲ ਬਾਅਦ। ਇਹ ਨਹੀਂ ਕਿ ਪਹਿਲਾਂ ਨਹੀਂ ਪਤਾ ਸੀ, ਮੇਰਾ ਇਹ ਖਿਆਲ ਹੈ ਕਿ ਪਹਿਲਾਂ ਵੀ ਇਹ ਹੋ ਸਕਦੀ ਸੀ ਜੇ ਚਾਹੁੰਦੇ, ਜੇ ਸਿਆਸੀ ਦਖਲਦਾਜੀ ਨਾ ਹੁੰਦੀ ਉਸ ਵੇਲੇ ਦੀ ਸਰਕਾਰ ਨੂੰ, ਜਦੋਂ ਇਹ ਪਤਾ ਇਸ਼ਾਰੇ ਹੋ ਗਏ ਸੀ। ਲੇਕਿਨ ਫਿਰ ਉਹ ਸਿਰਸਾ ਨੂੰ ਬਰੀ ਕਰਨਾ, ਪਤਾ ਨਹੀਂ ਕਿਹਾ ਜਾ ਸਕਦਾ ਕਿ ਪੁਖਤਾ ਸਬੂਤ ਹੁਣ ਮਿਲੇ ਨੇ ਸਬੂਤ। ਹਾਂ ਨਹੀਂ, ਉਹ ਬੰਦਾ ਤਾਂ ਉਦੋਂ ਦੀ ਭੱਜਿਆ ਜਿਹੜਾ ਮਹਿੰਦਰਪਾਲ, ਜਿਹਨੂੰ ਬਿੱਟੂ ਬਾਈ ਕਹਿੰਦੇ ਨੇ ਨਾ, ਇਹ ਡੇਰਾ ਦੀ ਜਿਹੜੀ ਟੀਮ ਹੈ ਉਹਦਾ ਮੈਂਬਰ ਹੈ, 45 ਮੈਂਬਰੀ ਟੀਮ ਦਾ। ਇਹਨਾਂ ਦਾ ਇੱਕ ਡੇਰਾ ਹੈ ਚਮੰਡਾ ਦੇਵੀ ਕੋਲ ਜੀ, ਹਿਮਾਚਲ 'ਚ ਜੇ ਜਾਈਏ। ਇੱਥੋਂ ਜਿੱਦੇ ਦਾ ਇਹਨੇ ਕਾਰਾ ਕੀਤਾ ਸੀ, ਕੀਤਾ ਇਹਨੇ ਏ ਸੀ। ਵੈਸੇ ਤਾਂ ਇਹਦੇ ਪਿੱਛੇ ਜਿਹੜੀ ਗੱਲ ਹੈ ਹੁਣ ਜਿਹੜੀ ਸਪਸ਼ਟ ਹੋ ਰਹੀ ਹੈ ਕਿ ਜਿਹੜਾ ਉੱਥੋਂ ਦੇ ਮਤਵਾਜੀ ਜਿਹੜੇ ਜਥੇਦਾਰ ਨੇ, ਉਹ ਉਦੋਂ ਵੀ ਤੁਹਾਨੂੰ ਪਤਾ ਹੈ ਕਿ ਦਾਦੂਵਾਲ ਵੀ ਔਰ ਹੋਰ ਬੰਦੇ ਵੀ ਬੜਾ ਲਗਾਤਾਰ ਸਿਰਸੇ ਦੇ ਖਿਲਾਫ ਸੀ ਜੀ। ਇੱਕ ਮਤਲਬ ਹੋਮੇ ਹੁੰਦੀ ਹੈ ਇਹਨਾਂ ਦੀ, ਜ਼ਿਆਦਾ ਹੋਮੇ ਸੀ ਇੱਕ ਦੇ ਅੜ ਭੰਨਣ ਲਈ ਕਿ ਮੈਂ ਤੈਨੂੰ ਦੱਸਦਾ ਵੀ ਕਿਵੇਂ ਕਰੀਦੀ ਹੈ ਬੇਅਦਬੀ। ਅਤੇ ਇਹਨੇ ਫਿਰ ਕਰਨ ਤੋਂ ਬਾਅਦ ਇਹਨੇ ਬੁਰਜਵਾਰ ਸਿੰਘ ਤੋਂ ਪਹਿਲਾਂ ਰੇਕੀ ਕੀਤੀ। ਰੇਕੀ ਹੁੰਦੀ ਹੈ ਪਹਿਲਾਂ 2-3 ਦਿਨ ਦੇਖਦਾ ਰਿਹਾ ਵੀ ਕਿੱਥੋਂ ਅਸੀਂ ਸਰੂਪ ਚੋਰੀ ਕਰ ਸਕਦੇ ਹਾਂ। ਫਿਰ ਉੱਥੋਂ ਸਰੂਪ ਚੋਰੀ ਕੀਤੇ, ਚੋਰੀ ਕਰਨ ਤੋਂ ਬਾਅਦ ਡਿਊਟੀ ਲਾਈ। ਡਿਊਟੀ ਲਾਉਣ ਤੋਂ ਬਾਅਦ ਇੱਕ ਕਾਂਸਟੇਬਲ ਹੈ, ਉਹਦੇ ਹਸਬੈਂਡ ਨੂੰ ਇਹ ਕਿਹਾ ਕਿ ਤੂੰ ਚਿੱਠੀ ਲਿਖ। ਉਹਨੇ ਚਿੱਠੀਆਂ, ਉਹਨੇ ਪੋਸਟਰ ਬਣਾਏ ਔਰ ਪੋਸਟਰ ਲਾਏ ਪਿੰਡਾਂ 'ਚ, ਔਰ ਇਹ ਸਾਰਾ ਕੁਛ ਕਰਕੇ ਉਦੋਂ ਬਾਅਦ ਥਾਂ ਥਾਂ 'ਤੇ ਵਰਕੇ ਸਿੱਟੇ ਗਏ। ਇਹ ਸਾਰਾ ਕਰਕੇ ਆਹ ਭੱਜ ਗਿਆ ਔਰ ਹੁਣ ਫੜਿਆ ਗਿਆ ਇੱਥੋਂ ਜੀ। ਫੜਿਆ ਵੀ ਉਹ ਜਿਵੇਂ ਹੁੰਦਾ ਕਿ ਕਿਸੇ ਨਾ ਕਿਸੇ ਨੂੰ ਉਹਨੇ ਦੱਸਤਾ ਨਹੀਂ, ਲੇਕਿਨ ਢੁੱਕਿਆ ਬੈਠਾ ਸੀ ਉੱਥੇ ਉੱਥੇ ਜਿਹੜੀ ਉਹਨਾਂ ਦੀ ਕੰਟੀਨ ਹੈ ਡੇਰੇ ਦੀ ਉੱਥੋਂ ਦੀ, ਅਤੇ ਉੱਥੋਂ ਫੜ ਕੇ ਹੁਣ ਉਹਨੇ ਸਾਰਾ ਕੁਛ ਲਿੰਕ ਜੁੜਦੇ ਗਏ। ਅਤੇ ਮੈਨੂੰ ਲੱਗਦਾ ਕਿ ਹੁਣ ਆਲਮੋਸਟ ਇਹ ਜਿਹੜੀ ਹੈ, ਉੱਤੋਂ ਪ੍ਰੈਸ਼ਰ ਵੀ ਹੈ ਕਿ ਸਾਰੇ ਲੋਕ ਉੱਥੇ ਬੈਠੇ ਨੇ, ਸਰਬੱਤ ਖਾਲਸਾ ਦੇ ਬਣਾਏ ਹੋਏ ਜਥੇਦਾਰ ਉੱਥੇ ਬੈਠੇ ਨੇ ਧਰਨੇ 'ਤੇ। ਤੀਜੀ ਗੱਲ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਜਾਤੇ ਖੁਦ ਇਹਦੇ 'ਚ ਲੱਗਦਾ ਕਿ ਇਹਦਾ ਫਾਇਦਾ ਹੋਏਗਾ, ਕਿ ਜਦੋਂ ਉਹ ਉਹਨਾਂ ਨੇ ਕਿਹਾ ਸੀ ਨਾ ਸ਼ੁਰੂ 'ਚ, ਜਿਹੜੀ ਅਕਾਲੀਆਂ ਦੀ ਹਾਰ ਦੇ ਵਿੱਚ ਇੱਕ ਵੱਡਾ ਕਾਰਨ ਸੀ, ਅਤੇ ਹੁਣ ਜਦੋਂ ਇਹ ਕਰਨਗੇ, ਇਹ ਬੰਦੇ ਫੜੇ ਗਏ, ਅਤੇ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਸਕਣਗੇ ਕਿ ਦੇਖੋ ਮੈਂ ਇਹ ਜਾਣ ਬੁੱਝ ਕੇ ਨਹੀਂ ਕਰ ਰਹੇ ਸੀ, ਮੈਂ ਇਹ ਮਸਲਾ ਹੱਲ ਕਰਤਾ, ਮੈਂ ਉਹ ਬੰਦੇ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੂੰ ਫੜ ਕੇ ਦਿਖਾਤਾ। ਸੋ ਇਸ ਪਾਸੇ ਨੂੰ ਜਿਹੜੀ ਗੱਲ ਚੱਲੀ ਹੈ, ਮਹਿੰਦਰਪਾਲ ਕੱਲ੍ਹ ਮੋਗਾ ਅਦਾਲਤ 'ਚ ਪੇਸ਼ ਹੋਇਆ, ਅੱਜ 10-11 ਬੰਦੇ ਹੋਰ ਹੋ ਜਾਣੇ ਨੇ। ਮੈਨੂੰ ਲੱਗਦਾ ਕਿ ਹੁਣ ਇਹ ਜਿਹੜਾ ਮਸਲਾ ਕਾਫੀ ਹੱਦ ਤੱਕ ਹੱਲ ਹੋਣ ਦੀ ਸੰਭਾਵਨਾ। ਦੁੱਖ ਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਖਾਂ ਲੋਕਾਂ ਦੀ ਭਾਵਨਾ ਜੁੜੀ ਹੋਈ ਹੈ। ਘੱਟੋ ਘੱਟ ਕੋਈ ਵੀ ਹੋਵੇ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਜਿਹੜੇ ਇਨਸਾਨ ਕਹਾਉਂਦੇ ਨੇ ਉਹਨਾਂ ਨੂੰ ਤਾਂ ਵੈਸੇ ਨਹੀਂ ਕਰਨਾ ਚਾਹੀਦਾ, ਉਹ ਤਾਂ ਕਹਿੰਦੇ ਇਨਸਾਨ। ਸੋ ਮਹਿੰਦਰਪਾਲ ਇਨਸਾਨ ਹੈ, ਇਹ ਕੀਤਾ ਬਹੁਤ ਗਲਤ ਕੀਤਾ। ਠੀਕ ਵਾਲੇ ਸਾਹਿਬ, ਸਾਡੀ ਅਗਲੀ ਖਬਰ ਹੈ ਕਿ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕਰਤੀ ਗਈ ਹੈ, ਅਤੇ 16 ਘੰਟੇ ਬਿਜਲੀ ਦੀ ਮੰਗ ਨੂੰ ਲੈ ਕੇ ਕੱਲ੍ਹ 13 ਜ਼ਿਲ੍ਹਿਆਂ ਵਿੱਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸੱਚਮੁੱਚ ਕਿਸਾਨ ਅਤੇ ਸਰਕਾਰ ਹੁਣ ਆਹਮੋ ਸਾਹਮਣੇ ਨੇ ਜੀ। ਸਰਕਾਰ ਕਹਿੰਦੀ ਹੈ 20 ਜੂਨ ਤੋਂ ਲਾਓ, ਕਿਸਾਨ ਕਹਿੰਦੇ ਅਸੀਂ ਅੱਜ ਤੋਂ ਲਾਵਾਂਗੇ। ਕਿਸਾਨਾਂ ਕੋਲ ਤਰਕ ਹੈ, ਸਰਕਾਰ ਕੋਲ ਉਹਦਾ ਤਰਕ ਨਹੀਂ। ਸੱਚੀ ਗੱਲ ਦੱਸਾਂ, ਸਰਕਾਰ ਕਹਿੰਦੀ ਹੈ ਜੀ ਅਸੀਂ ਪਾਣੀ ਦੀ ਬੱਚਤ ਕਰਦੇ ਹਾਂ, ਪਾਣੀ ਬਚਾਉਣਾ, ਅਤੇ ਪਾਣੀ ਤਾਂ ਜੇ ਬਚਾਉਣਾ ਹੋਵੇ ਤਾਂ ਜਿਹੜੇ ਇੰਡਸਟਰੀਆਂ ਪਾਣੀ ਖਰਾਬ ਕਰ ਰਹੇ ਨੇ ਉਦੋਂ ਸਰਕਾਰ ਕਿੱਥੇ ਜਾਂਦੀ ਜੀ। ਕਿਸਾਨਾਂ ਤੋਂ ਹੀ ਉਹਨਾਂ ਨੂੰ ਪਤਾ ਹੈ ਕਿ ਜੇ 5 ਦਿਨ ਵੀ ਝੋਨਾ, ਪਿਛਲੀ ਵਾਰ 15 ਜੂਨ ਸੀ, 5-7 ਦਿਨ ਵੀ ਝੋਨਾ ਜੇ ਲੇਟ ਲੱਗਦਾ ਤਾਂ ਜਦੋਂ ਵਿਕਣ 'ਤੇ ਆਉਂਦਾ ਨਾ, ਜਦੋਂ ਮਾਸਟਰ ਦੀ ਹੁੰਦੀ ਹੈ, ਨਵੀਂ ਹੁੰਦੀ ਹੈ, ਝੋਨੇ ਦੀ ਕੀਮਤ ਕਿੰਨੀ ਘੱਟ ਜਾਂਦੀ ਹੈ। ਤੋ ਇਹ ਜਿਹੜਾ ਹੈ ਕਿਸਾਨ, ਖਾਸ ਤੌਰ 'ਤੇ ਅਗਰਾਹਾਂ ਗਰੁੱਪ, ਇਹ ਬਿਲਕੁਲ ਸਿੱਧੇ ਸਰਕਾਰ ਨਾਲ ਆ ਗਏ ਅਤੇ ਉਹ ਕਹਿੰਦੇ ਨੇ ਅਸੀਂ ਬੀਜ ਰਹੇ, ਦੇਖੋ ਤੁਸੀਂ ਸਾਡਾ ਕਰੋ ਜੋ ਕੁਛ ਕਰਦੇ ਹੋ। ਔਰ ਨਾਲ ਉਹਨਾਂ ਨੇ ਕਿਹਾ ਜਿਹੜਾ 16 ਘੰਟੇ ਬਿਜਲੀ ਦਿਓ, ਥਾਂ ਥਾਂ 'ਤੇ ਧਰਨੇ ਲੱਗੇ, 13 ਜ਼ਿਲ੍ਹਿਆਂ 'ਚ ਧਰਨੇ ਲੱਗੇ। ਸੋ ਇਹ ਮਸਲਾ ਜਿਹੜਾ ਹੈ ਸੱਚਮੁੱਚ ਹੀ ਸਰਕਾਰ ਨੂੰ ਇਹਦੇ 'ਚ, ਜੇ ਮੈਂ ਕਹਿ ਸਕਦਾ ਕਿ ਜਿਸ ਤਰੀਕੇ ਨਾਲ ਇਸ ਨੂੰ ਹੱਲ ਕਰਨਾ ਚਾਹੀਦਾ ਸੀ,
ਸਰਕਾਰ ਉਹ 'ਚ ਸਫਲ ਨਹੀਂ ਹੋਈ। ਜੇ ਸਰਕਾਰ ਜਿਵੇਂ ਕੱਲ੍ਹ ਪਟਿਆਲਾ 'ਚ ਹੋਇਆ, ਇੱਕ ਦੋ ਮਮਦੌੜ 'ਚ ਹੋਇਆ, ਜੇ ਸਰਕਾਰ ਬਹੁਣ ਜਾਊ ਨਾ ਝੋਨੇ ਨੂੰ ਤਾਂ ਸਥਿਤੀ ਹੋਰ ਖਰਾਬ ਹੋਊ। ਸਰਕਾਰ ਨੂੰ ਇਹ ਅੜ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਬੀਜੋ ਅਸੀਂ ਇਹ ਕਰਾਂਗੇ, ਇਸ ਤਰ੍ਹਾਂ ਨਹੀਂ ਹੋਣਾ। ਹੋਰ ਬੜੇ ਤਰੀਕੇ ਨੇ ਪਾਣੀ ਨੂੰ ਬਚਾਉਣ ਦੇ, ਆ ਝੋਨਾ ਲਾ ਲੈ ਦਿਓ, ਫਿਰ ਲੋਕਾਂ ਨੂੰ ਕਹੋ ਤੁਸੀਂ ਆਪ ਕਰੋ, ਰੀਚਾਰਜ ਕਰ, ਵਾਟਰ ਰੀਚਾਰਜ ਦਾ ਤਰੀਕਾ ਦੱਸੋ ਲੋਕਾਂ ਨੂੰ। ਬਹੁਤ ਤਰੀਕੇ ਨੇ, ਇਕੱਲਾ ਕਿਸਾਨਾਂ ਨੂੰ ਦੁਖੀ ਕਰਕੇ ਨਾ ਕਰੋ। ਜਾਂ ਬਾਕੀ ਫਸਲਾਂ ਬਾਰੇ ਜੇ ਕਹੋਗੇ ਸਮਰਥਨ ਮੁੱਲ ਦਿਓ ਤੁਸੀਂ ਬਾਕੀ ਫਸਲਾਂ ਦਾ, ਲੋਕ ਝੋਨਾ ਬੀਜ ਲਓ, ਵੈਸੇ ਹਟ ਜਾਣਗੇ। ਸੋ ਇਹ ਜਿਹੜਾ ਇਹਨਾਂ ਦਾ ਟਕਰਾਅ ਹੈ ਕੋਈ ਜ਼ਿਆਦਾ ਚੰਗਾ ਨਹੀਂ ਹੈ ਜੀ। ਵੱਲੇ ਸਭ ਗੱਲ ਕਰੀਏ ਸ਼ਿਲੌਂਗ ਦੀ, ਤਾਂ ਸ਼ਿਲੌਂਗ ਵਿੱਚ ਅਜੇ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਕਰਫਿਊ ਵਧਾਇਆ ਗਿਆ ਤੇ ਇੰਟਰਨੈਟ ਸੇਵਾਵਾਂ ਜੀ ਬਿਲਕੁਲ ਰਮਨ, ਉੱਥੇ ਹਲੇ ਉਸ ਸਥਿਤੀ ਸਪਸ਼ਟ ਨਹੀਂ। ਖਾਸੀ ਲੋਕਾਂ ਦੇ ਨਾਲ ਜਿਹੜਾ ਟਕਰਾਅ ਹੋਇਆ ਸੀ ਉਹ ਲਗਾਤਾਰ ਉਵੇਂ ਜਾਰੀ ਹੈ, ਸ਼ਾਂਤੀ ਵੱਲ ਨੂੰ ਵੱਧ ਰਹੀ ਹੈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਵੱਖਰੀ ਗੱਲ ਹੈ। ਲੇਕਿਨ ਖਤਰਾ ਬਰਕਰਾਰ ਹੈ, ਇਸੇ ਕਰਕੇ ਕਰਫਿਊ ਵੀ ਵਧਾ ਤਾ, ਇੰਟਰਨੈਟ ਸਰਵਿਸ ਵੀ ਜਿਹੜੀ ਹੈ ਉਹ ਵੀ ਬੰਦ ਆ ਹਲੇ, ਔਰ ਖਾਲਸਾ ਏਡ ਵਰਗੀਆਂ ਸੰਸਥਾਵਾਂ ਉੱਥੇ ਸਿੱਖਾਂ ਦੀ ਮਦਦ ਲਈ ਪਹੁੰਚੀਆਂ ਹੋਈਆਂ ਨੇ। ਸਾਰੇ ਗਰੁੱਪ, ਸ਼੍ਰੋਮਣੀ ਅਕਾਲੀ ਦਲ ਵੀ, ਸ਼੍ਰੋਮਣੀ ਕਮੇਟੀ ਵੀ, ਪੰਜਾਬ ਸਰਕਾਰ ਵੀ, ਮਨੋਰਟੀ ਕਮਿਸ਼ਨ ਵੀ, ਸਾਰੇ ਉੱਥੇ ਗਏ ਨੇ ਅਤੇ ਆਸ ਕਰੀਏ ਸਕਵਾ ਸਾਹਿਬ ਦੀ ਸਰਕਾਰ ਇਹ ਸਥਿਤੀ ਨੂੰ ਕਾਬੂ ਕਰ ਲਏਗੀ ਜੀ। ਵਾਲੇ ਸਾਹਿਬ, ਮੋਦੀ ਸਰਕਾਰ UPSC ਨੂੰ ਲੈ ਕੇ ਵੱਡਾ ਕਾਨੂੰਨ ਬਣਾਉਣ ਜਾ ਰਹੀ ਹੈ ਅਤੇ ਚੋਰ ਰਸਤੇ ਬਣਾਉਣ ਜਾ ਰਹੀ ਹੈ ਵੱਡੇ ਅਫਸਰ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਤੁਸੀਂ ਤਾਂ ਪੰਜਾਬੀ ਯੂਨੀਵਰਸਿਟੀ ਦੇ ਇਸ ਬਾਰੇ ਡਾਇਰੈਕਟਰ ਵੀ ਰਹੇ ਹੋ। ਨਹੀਂ, ਕੋਈ ਕਾਨੂੰਨ ਨਹੀਂ ਬਣਾ ਰਹੀ, ਬਸ ਆਹ ਜਿਹੜਾ ਤੁਸੀਂ ਦੂਜਾ ਲਫ਼ਜ਼ ਜਿਹੜਾ ਤੁਸੀਂ ਯੂਜ਼ ਕੀਤਾ ਨਾ, ਉਹ ਵਰਤਿਆ ਜਿਹੜਾ ਤੁਸੀਂ ਕਿ ਚੋਰ ਰਸਤੇ ਰਾਹੀਂ ਵੱਡੇ ਅਫਸਰ ਉਹ ਭਰਤੀ ਹੋ ਰਹੇ ਨੇ। ਸਭ ਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਇਹ ਆਏ ਸਾਲ ਜਿਹੜੇ ਹਿੰਦੁਸਤਾਨ ਦੇ ਸਭ ਤੋਂ ਵੱਡੇ ਨੌਕਰੀ ਜਿਹਨੂੰ ਕਹਿੰਦੇ ਆ, ਜਿਹਦੇ ਨਾਲ DC ਬਣਦੇ ਨੇ, ਜਿਹਦੇ ਨਾਲ SSP ਬਣਦੇ ਨੇ, ਉਹ ਜਿਹੜਾ ਹੈ ਉਹ ਟੈਸਟ ਲੈਂਦਾ, ਉਹ ਆਮ ਲੋਕ ਜੋ ਤਿਆਰ ਹੁੰਦੇ ਨੇ, ਆਏ ਸਾਲ ਟੈਸਟ ਹੁੰਦਾ। ਔਰ ਮੈਂ ਡਾਇਰੈਕਟਰ IAS ਟ੍ਰੇਨਿੰਗ ਸੈਂਟਰ ਰਿਹਾ ਲੰਬਾ ਸਮਾਂ, ਔਰ ਮੈਂ ਬੱਚਿਆਂ ਨੂੰ ਇਹ ਕਹਿੰਦਾ ਸੀ ਜਿਹਨੇ ਤਰੱਕੀ ਕਰਨੀ ਹੈ, ਜੇ ਵੱਡਾ ਸੁਪਨਾ ਕੋਈ ਹੈ ਤਾਂ IAS ਦਾ ਹੈ ਹਿੰਦੁਸਤਾਨ 'ਚ। ਹੁਣ ਉਹ ਸੁਪਨਾ ਵੀ ਤੋੜ ਰਹੀ ਹੈ ਮੋਦੀ ਸਰਕਾਰ, ਇਹ ਬਹੁਤ ਵੱਡੇ ਦੁੱਖ ਦੀ ਗੱਲ ਹੈ। ਪ੍ਰਣਾਲੀ ਵਿੱਚ ਦਾਖਲੇ ਲਈ ਪਹਿਲਾਂ UPSC ਦੀ ਪ੍ਰੀਖਿਆ ਪਾਸ ਕਰਨੀ ਪੈਂਦੀ ਸੀ, ਹੁਣ ਉਹ ਇਸ ਤਰ੍ਹਾਂ ਸੁਪਨਾ ਤੋੜ ਰਹੀ ਹੈ ਕਿ ਜਿਹੜਾ ਪਹਿਲਾਂ ਤਾਂ ਜੇ ਕਿਸੇ ਨੇ IAS ਕਰੂਗਾ ਤਾਂ ਉਹ ਸੈਕਟਰੀ ਬਣੂ, ਤਾਂ ਉਹ ਅਫਸਰ ਬਣੂ, ਤਾਂ DC ਲੱਗੂ, ਸਾਰਾ ਜਿਹੜੇ ਵੱਡੇ ਕੰਮ ਹੈ ਉਹ IAS ਕਰਦੇ ਸੀ। ਵੱਡੇ ਵੱਡੇ ਜਿਹੜੇ ਸਨਅਤੀ ਘਰਾਣੇ ਨੇ, ਕਾਰਪੋਰੇਟ ਸੈਕਟਰ ਹੈ ਜਿਹੜਾ, ਉਹ ਹੁਣ ਕਈ ਵਾਰੀ ਉਹ ਬੰਦਾ ਤਨਖਾਹ ਬਹੁਤ ਹੁੰਦੀ ਹੈ, ਤਨਖਾਹ 'ਤੇ ਹੀ ਉਹ ਬਹੁਤ ਇਮਾਨਦਾਰ ਅਫਸਰ ਵੀ ਆ ਜਾਂਦੇ ਸੀ, ਉਹ ਕਿਸੇ ਦੀ ਨਹੀਂ ਸੁਣਦੇ ਸੀ। ਤਾਂ ਹੁਣ ਜਿਹੜਾ ਕਾਰਪੋਰੇਟ ਸੈਕਟਰ ਨੇ ਮੋਦੀ ਸਾਹਿਬ ਨੂੰ ਇਹ ਕਿਹਾ ਕਿ ਸਾਡੇ ਕੰਮ ਜਿਹੜੇ ਨੇ ਰੁਕੇ ਹੋਏ ਨੇ, ਅਤੇ ਹੁਣ ਉਹਨਾਂ ਨੇ ਐਡ ਦਿੱਤੀ ਹੈ 10 ਜੁਆਇੰਟ ਸੈਕਟਰੀ ਰੱਖਣੇ ਨੇ, ਜਿਹੜੇ ਜਿਨ੍ਹਾਂ ਦੇ ਵਿੱਚ ਇੱਕ ਸ਼ਰਤ ਲਾਤੀ, ਜਿਨ੍ਹਾਂ ਦਾ ਤਜਰਬਾ ਜਿਹੜਾ ਹੈ ਉਹ ਕਾਰਪੋਰੇਟ ਵੱਡੇ ਜਿਹੜੇ ਸਨਅਤ ਦਾ ਹੋਵੇ। ਮਤਲਬ ਉਹ ਨੀਰਵ ਮੋਦੀ ਕੋਲ ਵੀ ਕੰਮ ਕਰਦੇ ਹੋਣ, ਮਾਲੀਆ ਵੀ ਕੋਲ ਵੀ ਕੰਮ ਕਰਦੇ ਰਹੇ ਨੇ, ਰਿਲਾਇੰਸ ਵਾਲੇ ਕੋਲ ਕੰਮ ਕਰਦੇ ਰਹੇ ਹੋਣ, ਉਹਨਾਂ ਦਾ ਜਿਹੜਾ ਹੈ 40 ਸਾਲ ਦੀ ਉਮਰ ਤੱਕ ਦੀ ਲਾ ਕੇ ਸ਼ਰਤ, ਉਹਨਾਂ ਨੂੰ ਸਿੱਧੇ ਤੌਰ 'ਤੇ ਜਿਹੜਾ ਤੁਸੀਂ IAS ਕਰਕੇ ਆਉਂਦਾ, ਉਹ ਨਾ ਤਹਿਸੀਲਦਾਰ ਤੋਂ ਲੈ ਕੇ ਕੰਮ ਕਰਦਾ, ਪਹਿਲਾਂ ਉਹ ਨੈਬ ਤਹਿਸੀਲਦਾਰ ਲਾਓ, ਈਵਨ ਪਟਵਾਰੀ ਦਾ ਕੰਮ ਸਿੱਖਦਾ ਨੈਬ ਤਹਿਸੀਲਦਾਰ, ਫਿਰ ਉਹ ਤਹਿਸੀਲਦਾਰ, ਫਿਰ ਉਹ SDM, ਫਿਰ ਉਹ DC ਤੋਂ ਬਾਅਦ ਉਹ ਫਿਰ ਅਗਲੀ ਸੈਕਟਰੀ ਵਾਲੀ ਪੋਸਟ ਵੱਲ ਨੂੰ ਵੱਧਦਾ। ਅਤੇ ਹੁਣ ਉਹ ਸਿੱਧਾ ਬੰਦਾ ਜਿਹਨੇ IAS ਨਹੀਂ ਜਿਹੜਾ ਕਰ ਸਕਿਆ, ਉਹ ਜੁਆਇੰਟ ਸੈਕਟਰੀ ਲੱਗਣਗੇ। ਤਾਂ ਜੁਆਇੰਟ ਸੈਕਟਰੀ ਕਿਉਂ ਲਾਏ ਜਾ ਰਹੇ ਨੇ? ਅਰੇ ਦਰਸ਼ਕੋ, ਸਮਝੋ, ਸਿੱਧੇ ਤੌਰ 'ਤੇ ਜਿਨ੍ਹਾਂ ਦੇ ਥਾਂ ਤੋਂ ਆਉਣਾ, ਜਿਹੜੇ ਕਾਰਪੋਰੇਟ ਸੈਕਟਰ 'ਚੋਂ ਆਉਣੇ ਨੇ, ਜਿਹੜੇ ਆਪਦੇ ਬੰਦੇ ਲਾਉਣੇ ਨੇ, ਉਹਨਾਂ ਦੇ ਕੰਮ ਲੈਣੇ ਨੇ, ਔਰ ਜਿਹੜੇ ਕੰਮ ਲੈਣੇ ਨੇ ਉਹ ਜੇ ਸਹੀ ਹੁੰਦੇ ਤਾਂ ਫਿਰ ਇਹੀ ਕੰਮ, ਜਿਹੜਾ ਸਿਸਟਮ ਮਾੜਾ ਸੀ ਸਾਡਾ, ਨਜਾਇਜ਼ ਕੰਮ ਲੈਣੇ ਨੇ, ਔਰ ਨਜਾਇਜ਼ ਕੰਮਾਂ ਲਈ ਉਹਨਾਂ ਨੇ ਇਹ ਰਸਤਾ, ਚੋਰ ਰਸਤਾ, ਚੋਰੀ ਕਰਨ ਲਈ ਚੋਰ ਰਸਤਾ ਖੋਲ੍ਹਤਾ, ਪਤਾ ਵੀ ਨਹੀਂ ਲੱਗਣ ਦਿੱਤਾ। ਮੋਦੀ ਸਾਹਿਬ, ਇੰਨੇ ਜੁਮਲੇਬਾਜ਼ੀ ਨਾਲ ਨਾ ਚੱਲੋ, ਇਹ ਜਿਹੜਾ ਹੈ ਲੋਕ ਨਿਰਣਾ ਕਰਨਗੇ। ਪਹਿਲਾਂ ਵਾਜਪਾਈ ਇਸ ਟਾਈਮ ਵੀ ਇਹ ਗੱਲ ਸ਼ੁਰੂ ਹੋਈ ਸੀ, ਮਨਮੋਹਨ ਸਿੰਘ ਨੇ ਇਸ ਨੂੰ ਰੋਕਿਆ ਸੀ, ਹੁਣ ਤੁਸੀਂ ਚੁੱਪ ਚੁਪੀਤੇ ਕੰਮ ਕਰ ਰਹੇ ਹੋ, ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ। ਇੱਕੋ ਹੀ ਤਾਂ ਸੀ ਜਿੱਥੇ ਇਮਾਨਦਾਰ ਬੰਦੇ IAS ਕਰਕੇ, ਜਿਹਦੇ ਕਰਕੇ ਇਹ ਦੇਸ਼ ਮਾੜਾ ਮੋਟਾ ਚੱਲ ਰਿਹਾ ਸੀ, ਉਹਨੂੰ ਵੀ ਤੁਸੀਂ ਖਰਾਬ ਕਰਨ ਤੋਂ ਲਿਓ, ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੋ ਰਹੀ ਜੀ। ਵਾਲੇ ਸਾਹਿਬ, ਸਾਡੀ ਅਗਲੀ ਖਬਰ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਹਾਲਤ ਨਾਸਾਜ, ਏਮਸ ਵਿੱਚ ਵਰਤੀ। 93 ਸਾਲ ਦੇ ਹੋ ਗਏ ਵਾਜਪੇਈ ਸਾਹਿਬ, ਅਤੇ ਗੁਰਦੇ
ਦੀ ਪ੍ਰੋਬਲਮ ਹੈ, ਡਾਇਲਿਸਿਸ ਹੋ ਰਿਹਾ ਜੀ, ਕਾਫੀ ਲੰਮੇ ਸਮੇਂ ਤੋਂ ਬਿਮਾਰ ਤਾਂ ਭੁੱਲਣ ਲੱਗ ਗਿਆ, ਹੁਣ ਯਾਦ ਕੁਛ ਨਹੀਂ, ਵੀਲਚੇਅਰ 'ਤੇ ਨੇ ਅਤੇ ਉਮਰ ਵੀ ਕਾਫੀ ਹੋ ਗਈ। ਹਰ ਬੰਦਾ ਪ੍ਰਕਾਸ਼ ਸਿੰਘ ਬਾਦਲ ਲਈ ਹੈ ਜਿਹੜਾ ਇੰਨੀ ਉਮਰ ਦੇ ਵਿੱਚ ਮਤਲਬ ਤੁਰੇ ਫਿਰਦੇ ਨੇ ਅਤੇ ਐਕਟਿਵ ਵੀ ਨੇ, ਲੇਕਿਨ ਵਾਜਪਾਈ ਸਾਹਿਬ ਬਿਮਾਰ ਨੇ ਔਰ ਭਾਰਤ ਰਤਨ ਮਿਲਿਆ ਹੋਇਆ ਜੀ, ਤੇ ਮੋਦੀ ਸਾਹਿਬ ਵੀ, ਰਾਹੁਲ ਗਾਂਧੀ ਵੀ ਸਾਰੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਨੇ ਜੀ। ਵੱਲਭ ਸਾਹਿਬ ਸਾਡੀ ਅਗਲੀ ਖਬਰ ਹੈ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਏ ਸਖ਼ਤ, ਡੀ ਆਈ ਜੀ ਸਮੇਤ 14 ਜੇਲ੍ਹ ਅਫਸਰਾਂ ਖਿਲਾਫ਼ ਜਾਂਚ ਸ਼ੁਰੂ। ਦੇਖੋ ਸਖ਼ਤ ਤਾਂ ਰੰਧਾਵਾ ਨੇ ਪਹਿਲੇ ਦਿਨ ਹੀ ਮੈਸੇਜ ਦਾ ਸੁਨੇਹਾ ਤਾਂ ਪਹਿਲੇ ਦਿਨ ਹੀ ਦਿੱਤਾ ਸੀ ਮੈਂ ਸਖ਼ਤੀ ਵਰਤੋਂ, ਇਹ ਜਿਹੜਾ ਉਹਦਾ ਤਰੀਕਾ ਹੈ ਇਹ ਵਧੀਆ। ਦੇਖੋ ਪਰਸੋਂ ਫਿਰ ਇੱਕ ਜੇਲ੍ਹ ਦੀ ਹੋਈ ਕਿ ਉਹਦੇ 'ਚ ਵੀ ਮੋਬਾਈਲ ਮਿਲ ਗਿਆ, ਉਹ ਜਿਹੜਾ ਜਦੋਂ ਜੇਲ੍ਹਾਂ 'ਚ ਮੋਬਾਈਲ ਨਾਲ ਲਾਈਵ ਹੋ ਕੇ ਬੰਦੇ ਮੁੱਖ ਮੰਤਰੀ ਨੂੰ ਚੈਲੇਂਜ ਕਰ ਰਹੇ ਨੇ, ਸ਼ਰਮ ਵਾਲੀ ਗੱਲ ਤਾਂ ਹੈ ਹੀ ਹੈ। ਉੱਥੋਂ ਗੈਂਗਸਟਰ ਗੈਂਗ ਚਲਾ ਰਹੇ ਨੇ, ਸਮਗਲਿੰਗ ਹੋ ਰਹੀ ਹੈ, ਨਸ਼ੇ ਵੇਚੇ ਜਾ ਰਹੇ ਨੇ। ਰੰਧਾਵਾ ਸਾਹਿਬ ਨੇ ਕੋਸ਼ਿਸ਼ ਤਾਂ ਕੀਤੀ, ਆਹ ਕੋਸ਼ਿਸ਼ ਮੇਰਾ ਖਿਆਲ ਆ ਉਹਨਾਂ ਦੀ ਇਹ ਠੀਕ ਰਹੂਗੀ। ਹੁਣ ਉਹਨਾਂ ਨੇ ਕੀ ਕਿਹਾ, ਇੱਕ ਡੀ ਜੀ ਪੀ ਸਮੇਤ 14 ਅਫਸਰ ਨੇ ਜਿਹੜੇ ਜੇਲ੍ਹਾਂ ਦੇ, ਉਹਨਾਂ ਦੇ ਖਿਲਾਫ਼ ਐੱਫ ਆਈ ਆਰ ਲਾਓ, ਜੋ ਜਾਂਚ ਸ਼ੁਰੂ ਹੋ ਗਈ। ਜੇ ਉਹ ਪਾਏ ਜਾਂਦੇ ਨੇ, ਸਿਰਫ ਉਹਨਾਂ ਨੂੰ ਨੋਟਸ ਨਹੀਂ ਜਾਰੀ ਹੋਣਗੇ, ਕਾਰਨ ਦੱਸੋ, ਨੋਟਸ ਸਿਕਿਓਰ ਕਰ ਦਿਉ, ਵਾਰਨਿੰਗ ਦੇ ਦਿਓ, ਚੇਤਾਵਨੀ ਦੇ ਕੇ ਛੱਡ ਦਿਉ, ਇਹ ਕੰਮ ਨਹੀਂ ਹੋਏਗਾ। ਹੁਣ ਰੰਧਾਵਾ ਸਾਹਿਬ ਇਹ ਕਹਿੰਦੇ ਨੇ ਕਿ ਜੇ ਕੋਈ ਜ਼ਿੰਮੇਵਾਰ ਪਾਇਆ ਗਿਆ ਤਾਂ ਉਹਦੇ ਖਿਲਾਫ਼ ਐੱਫ ਆਈ ਆਰ ਲੌਜ ਹੋਏਗੀ, ਕ੍ਰਿਮੀਨਲ ਕੇਸ ਹੋਏਗਾ ਕਿ ਤੂੰ ਇਹਦੇ ਨਾਲ ਸ਼ਾਮਿਲ ਹੈ। ਇਹ ਵੈਸੇ ਲਕਸ਼ਰੇ ਤੋਬਾ ਦਾ ਇੱਕ ਫੋਨ 'ਤੇ ਗੱਲ ਕੀਤੀ ਕਿਸੇ ਬੰਦੇ ਨੇ, ਉਹ ਤੋਂ ਇਹ ਜ਼ਿਆਦਾ ਇਹ ਗੱਲ ਜਿਹੜੀ ਹੈ ਕਦਮ ਆਈ। ਦੂਜੇ ਲਗਾਤਾਰ ਜਿੱਥੇ ਜਿੱਥੇ ਵੀ ਜੇਲ੍ਹਾਂ ਦੇ ਵਿੱਚ ਉਹ ਹੋ ਰਹੀ ਹੈ ਜਾਂਚ, ਉੱਥੇ ਮੋਬਾਈਲ ਫੜੇ ਜਾ ਰਹੇ ਨੇ ਔਰ ਪਰਵਾਹ ਹੀ ਨਹੀਂ ਕਰਦੇ ਲੋਕ, ਚਾਰਜਰ ਮੋਬਾਈਲ ਕਿਵੇਂ ਜਾਂਦੇ ਨੇ, ਇਹ ਇਹਦਾ ਮਤਲਬ ਲੋਕ ਮਿਲੇ ਹੋਏ ਨੇ। ਇਹ ਰੰਧਾਵਾ ਸਾਹਿਬ ਨੂੰ ਵੀ ਪਤਾ ਸੀ ਅਤੇ ਹੁਣ ਉਸ ਨੂੰ ਇਸ ਪਾਸੇ ਲੈ ਕੇ ਗਏ ਨੇ, ਤਾਂ ਚੰਗੀ ਗੱਲ ਹੈ, ਜੇਲ੍ਹਾਂ 'ਚੋਂ ਕ੍ਰਾਈਮ ਤਾਂ ਰੁਕੇ ਜੀ। ਵੱਲਭ ਸਾਹਿਬ, ਪੰਚਕੂਲਾ ਵਿੱਚ ਐੱਸ ਬੀ ਆਈ ਬੈਂਕ ਦੇ ਮੈਨੇਜਰ ਨੇ 3 ਮੰਜ਼ਿਲ ਤੋਂ ਮਾਰੀ ਛਾਲ, ਵਾਲ ਬਚਿਆ। ਵੈਸੇ ਤਾਂ ਬੜੀ ਹੈਰਾਨੀ ਦੀ ਗੱਲ ਹੈ, ਇੱਕ ਬੇਰੁਜ਼ਗਾਰ ਹੋਵੇ, ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਵੇ ਜੀ। ਕੱਲ੍ਹ ਜਗਤਾਰ ਸਿੰਘ ਡੰਗੋਲੀ ਦੇ ਵਿੱਚ ਜਿਹੜਾ ਫੜਿਆ ਗਿਆ, ਉਹ ਮਾਨਸਿਕ ਪਰੇਸ਼ਾਨ ਸੀ, ਗ੍ਰੰਥੀ ਸੀ, ਸੇਵਾ ਕਰਦਾ ਸੀ, ਫ੍ਰੀ ਆਫ ਕੋਸਟ ਨਿਤਨੇਮ ਕਰਦਾ ਸੀ, ਪਿੰਡ ਵਾਲੇ ਦੇ ਹੱਕ 'ਚ ਗਵਾਹੀ ਦੇ ਰਹੇ ਨੇ, ਲੇਕਿਨ ਮਾਨਸਿਕ ਪਰੇਸ਼ਾਨੀ 'ਚ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ। ਬਹੁਤ ਸਾਰੇ ਬੰਦੇ ਐਸੇ ਨੇ, ਹਰ ਰੋਜ਼ ਮੇਰੇ ਕੋਲ ਬਹੁਤ ਸਾਰੇ ਫੋਨ ਆਉਂਦੇ ਨੇ। ਕੱਲ੍ਹ ਵੀ ਇੱਕ ਫੋਨ ਆਇਆ ਕਿ ਇੱਕ ਡਿਪਰੈਸ਼ਨ ਚਲੇ ਗਈ, ਯੂਨੀਵਰਸਿਟੀ 'ਚ ਮੁੰਡਾ ਪੀ ਐੱਚ ਡੀ ਕਰਦਾ ਅਤੇ ਉਹਦੀ ਮਦਰ, ਉਹ ਤੋਂ ਬਚਾਓ। ਮਤਲਬ ਇਸ ਪਾਸੇ ਅੱਜ ਬਹੁਤ ਸਾਡਾ ਜਿਹੜਾ ਹੈ ਸਮਾਜ ਵੱਧ ਰਿਹਾ। ਪੰਚਕੂਲਾ ਦਾ ਜਿਹੜਾ ਮੈਨੇਜਰ ਹੈ, ਇਹ 15 ਦਿਨ ਦੀ ਛੁੱਟੀ 'ਤੇ ਸੀ, ਮਾਨਸਿਕ ਇਲਾਜ ਕਰਾ ਰਿਹਾ ਸੀ। ਮੈਨੇਜਰ ਸਾਹਿਬ ਚੜ੍ਹੇ 3 ਮੰਜ਼ਿਲ 'ਤੇ, ਉਹ ਜਿਵੇਂ ਫਿਲਮਾਂ 'ਚ ਹੁੰਦਾ, ਜੰਪ ਮਾਰਿਆ, ਥੱਲੇ ਕਾਰ ਆ ਗਈ, ਕਾਰ ਦੇ ਉੱਤੇ ਡਿੱਗ ਪਏ, ਕਾਰ 'ਤੇ ਡਿੱਗੇ, ਕਾਰ ਦੀ ਛੱਤ ਤਾਂ ਟੁੱਟ ਗਈ, ਮੈਨੇਜਰ ਸਾਹਿਬ ਬਚ ਗਏ, ਉਹਨਾਂ ਦੀ ਮਾੜੀ ਮੋਟੀ ਲੱਤ 'ਤੇ ਛੋਟਾ ਜਿਹਾ ਫ੍ਰੈਕਚਰ ਹੋਇਆ, ਖਤਰੇ ਤੋਂ ਬਾਹਰ ਨੇ। ਲੇਕਿਨ ਇਹ ਖਬਰ ਜਿਹੜੀ ਹੈ ਦਿਲਚਸਪ ਜ਼ਰੂਰ ਹੈ, ਲੇਕਿਨ ਇਸ਼ਾਰਾ ਕਰਦੀ ਹੈ ਕਿ ਉਹ ਬੰਦੇ ਵੀ ਜਿਨ੍ਹਾਂ ਨੂੰ ਅਸੀਂ ਸੁਸਾਇਟੀ 'ਚ ਸਮਝਦੇ ਹਾਂ ਕਿ ਬਹੁਤ ਵਧੀਆ ਰੁਤਬੇ 'ਤੇ ਕੰਮ ਕਰ ਰਹੇ ਨੇ, ਉਹ ਬੰਦੇ ਵੀ ਜਿਹੜੇ ਨੇ ਉਹ ਮਾਨਸਿਕ ਤੌਰ 'ਤੇ ਕਈ ਕਿਸਮ ਦੀਆਂ ਪਰੇਸ਼ਾਨੀਆਂ ਦੇ ਸ਼ਿਕਾਰ ਨੇ। ਤੋ ਇਸ ਕਰਕੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਸਹੀ ਨਹੀਂ। ਸਾਨੂੰ ਸੱਚਮੁੱਚ ਹੀ ਇੱਥੇ ਬਾਬਾ ਨਾਨਕ ਨੂੰ ਯਾਦ ਕਰਨਾ ਪੈਣਾ, ਇੱਥੇ ਧਰਮ ਨਾਲ ਜਿਹੜੇ ਹੈ ਚੜ੍ਹਦੀ ਕਲਾ ਵਾਲੀ ਗੱਲ, ਸਰਬੱਤ ਦੇ ਭਲਾ ਵਾਲੀ ਗੱਲ ਇੱਥੇ ਆਉਂਦੀ ਹੈ, ਅਤੇ ਧਰਮ ਨਾਲ ਜੁੜੋ, ਤਾਂ ਕਰਕੇ ਤੁਹਾਨੂੰ ਘੱਟੋ ਘੱਟ ਇਸ ਗੱਲੋਂ ਤੁਸੀਂ ਸਾਫ ਰਹੋ। ਵੱਲਭ ਸਾਹਿਬ, ਖਬਰਾਂ ਹਜੇ ਹੋਰ ਸਨ, ਪਰ ਹਰ ਵਾਰ ਦੀ ਤਰ੍ਹਾਂ ਸਾਡੇ ਕੋਲ ਸਮੇਂ ਦੀ ਘਾਟ ਹੈ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਖਬਰ 'ਤੇ ਨਜ਼ਰ ਵਿਦ ਡਾਕਟਰ ਹਰਜਿੰਦਰ ਵਾਲੀਆ, ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਮੈਨੂੰ ਅਤੇ ਵਾਲੇ ਸਾਹਿਬ ਨੂੰ ਦਿਓ ਇਜਾਜ਼ਤ, ਅਤੇ ਦੇਸ਼ ਦੁਨੀਆਂ ਦੀ ਬਾਕੀ ਖਬਰਾਂ ਦੀ ਜਾਣਕਾਰੀ ਲਈ ਤੁਸੀਂ ਬੜੇ ਅਸਰ ਚੱਲੇਗਾ ਕੈਂਟੀਨ 'ਤੇ। ਧੰਨਵਾਦ।